ਤਾਂ ਬਾਈਬਲ ਕਲਾਂ ਪਿੰਡ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਸਰਪੰਚ ਅਤੇ ਪੰਚ ਦੇ ਲਈ ਕਿਸੇ ਨੇ ਕੋਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ, ਕਿਉਂਕਿ ਇੱਕ ਮਾਮਲਾ ਚੱਲ ਰਿਹਾ ਕਿ ਸਿੰਮਾ ਨਾਂ ਦਾ ਜਿਹੜਾ ਗੈਂਗਸਟਰ ਹੈ ਉਸਨੇ ਧਮਕੀ ਦਿੱਤੀ ਕਿ ਮੈਂ ਆਪਣੇ ਪਿਤਾ ਨੂੰ ਜਿਹੜਾ ਇੱਥੇ ਸਰਪੰਚ ਬਣਾਉਣਾ ਅਤੇ ਕੋਈ ਕਾਗਜ਼ ਨਾ ਦਾਖਲ ਕਰੇ। ਤਾਂ ਉਸ ਤੋਂ ਬਾਅਦ ਕਿਸੇ ਵੀ ਪੂਰੇ ਪਿੰਡ ਦੇ ਵਿੱਚੋਂ ਦਾਖਲ ਸਰਪੰਚ ਅਤੇ ਪੰਚ ਦੇ ਲਈ ਨਹੀਂ ਦਾਖਲ ਹੋਏ। ਨਾਮਜ਼ਦਗੀ ਭਰਨ ਦੀ ਆਖਰੀ ਮਿਤੀ ਜਿਹੜੀ ਹੈ ਕੱਲ੍ਹ ਉਹ ਲੰਘ ਚੁੱਕੀ ਹੈ। ਤਾਂ ਸਾਡੇ ਨਾਲ ਐਸ ਪੀ ਬਲਜੀਤ ਸਿੰਘ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦਿਆਂ ਪੂਰਾ ਮਾਮਲਾ ਜਾਣਦਿਆਂ ਕੀ ਆ। ਬਲਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ 'ਤੇ। ਇੱਕ ਤਾਂ ਜੀ ਇਹ ਪੂਰਾ ਜਿਹੜਾ ਮਾਮਲਾ ਕੀ ਹੈ, ਸਾਨੂੰ ਇੱਕ ਪਹਿਲਾਂ ਮਾਮਲਾ ਜ਼ਰੂਰ ਸਮਝਾਓ ਕਿ ਗੈਂਗਸਟਰ ਨੇ ਇੱਕ ਧਮਕੀ ਦਿੱਤੀ ਹੋਵੇ ਕਿ ਸਰਪੰਚ ਦੇ ਪੰਚ ਦੇ ਲਈ ਕੋਈ ਜਿਹੜਾ ਨਾਮਜ਼ਦਗੀ ਨਾ ਭਰੇ, ਇਹ ਤਾਂ ਬਹੁਤ ਜਿਹੜਾ ਸੰਗੀਨ ਮਾਮਲਾ ਆਪਦੇ ਆਪ ਦੇ ਵਿੱਚ ਇੱਕ। ਇਹਦੇ ਵਿੱਚ ਸਾਨੂੰ ਬਾਅਦ 'ਚ ਪਤਾ ਚੱਲਿਆ ਵਾ ਪਿੰਡ ਦੇ ਵਿੱਚ ਕੀ ਗੱਲ ਹੋਈ ਕੀ ਨਹੀਂ, ਇਹਦੇ ਬਾਰੇ ਸਾਨੂੰ ਕੋਈ ਪਤਾ ਨੀਗਾ। ਹਾਂਜੀ, ਬਾਕੀ ਰਹੀ ਗੱਲ ਵੀ ਉੱਥੇ ਨਾਮਜ਼ਦਗੀ ਕਿਸੇ ਨੇ ਭਰੀ ਨੀਗੀ, ਸਾਡਾ ਪੁਲਿਸ ਦਾ ਕੰਮ ਹੀ ਵੀ ਅਸੀਂ ਬਾਈਬਲ ਜਿਹੜਾ ਡੋਮੀਨੇਸ਼ਨ ਸੈਂਟਰ ਆ ਉੱਥੇ ਸਾਡੀ ਸੁਰੱਖਿਆ ਲੱਗੀ ਸੀ, ਠੀਕ ਹੈ ਜੀ, ਸਾਰਾ ਸਾਡਾ ਪ੍ਰਬੰਧ ਸੀ। ਇਹ ਹੁਣ ਨਾਮਜ਼ਦਗੀ ਕਿਹੜੀ ਗੱਲੋਂ ਨੀ ਹੋਈ ਉੱਥੇ ਕਿਉਂ ਨੀ, ਇਹ ਸਿਵਲ ਪ੍ਰਸ਼ਾਸਨ ਹੀ ਦੱਸ ਸਕਦਾ, ਇਹਦੇ ਵਿੱਚ ਪੁਲਿਸ ਦਾ ਕੋਈ ਰੋਲ ਨੀਗਾ। ਤੁਸੀਂ ਕਈ ਵੀ ਜਿਹੜਾ ਬਿਆਨ ਦਿੱਤਾ, ਤੁਸੀਂ ਜਿਹੜੀ ਮੀਡੀਆ ਨੂੰ ਬਾਈਟ ਦਿੱਤੀ ਉਹਦੇ ਵਿੱਚ ਕਿਹਾ ਕਿ ਗੈਂਗਸਟਰ ਸਿੰਮਾ ਦੇ ਦੋ ਸਾਥੀ ਅਸੀਂ ਗ੍ਰਿਫਤਾਰ ਵੀ ਕੀਤੇ ਨੇ। ਹਾਂਜੀ, ਉਹ ਤੇ ਉਸ ਤੋਂ ਪਹਿਲਾਂ ਦੀ ਲੜਾਈ ਹੋਈ ਆ 28 ਤਰੀਕ ਦੀ। ਹਾਂਜੀ, ਤੇ ਹੈ ਕੌਣ ਗੈਂਗਸਟਰ ਸਿੰਮਾ, ਕੋਈ ਹਿਸਟਰੀ ਸ਼ੀਟਰ ਕਿਹੜੇ ਗਰੁੱਪ ਦੇ ਨਾਲ ਇਸ ਦਾ ਲਾਈਨ ਹੈ? ਇਹ ਤਾਂ ਜੀ ਨਾ ਕਾਰਵਾਈ ਚੱਲ ਰਹੀ ਆ, ਪੁੱਛ ਪੜਤਾਲ ਚੱਲ ਰਹੀ ਆ, ਅਜੇ ਤੱਕ ਇਹਦੇ ਬਾਰੇ ਕੋਈ ਪਤਾ ਨਹੀਂ ਲੱਗਾ। ਜੋ ਵੀ ਇਹਦੇ ਬਾਰੇ ਧਮਕੀ ਕਿਸ ਨੂੰ ਦਿੱਤੀ, ਕਿ ਪਤਾ ਕਿਵੇਂ ਲੱਗਿਆ ਪਿੰਡ ਵਾਲਿਆਂ ਨੂੰ ਕਿ ਆਪਾਂ ਨਾਮਜ਼ਦਗੀ ਨਹੀਂ ਦਾਖਲ ਕਰਨੀ? ਗੈਂਗਸਟਰ ਸਿੰਮਾ ਨੇ ਕਿਵੇਂ ਮੈਸੇਜ ਲਵਾਇਆ ਉਹਨਾਂ ਤੱਕ? ਇਹ ਤਾਂ ਸੁਣੀ ਸੁਣਾਈ ਗੱਲ ਵਾ, ਜੋ ਸਾਨੂੰ ਤੱਕ ਇੱਥੋਂ ਤੱਕ ਨਹੀਂ ਪਤਾ ਲੱਗਾ, ਅਨਾਉਂਸਮੈਂਟ ਕਰਾਈ ਹੈ ਕੁਛ ਇੱਦਾਂ ਦਾ ਕੋਈ ਨਹੀਂ ਪਤਾ ਲੱਗਾ ਜੀ। ਇਹ ਹੁਣ ਪਿੰਡ ਦੇ ਵਿੱਚ ਹੀ ਕੋਈ ਗੱਲਬਾਤ ਹੋਈ ਆ, ਇਹਦੇ ਵਿੱਚ ਅਸੀਂ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ ਵੀ ਕਿਤੇ ਧਮਕੀ ਦਿੱਤੀ ਆ, ਕੀ ਗੱਲ ਹੋਈ ਆ, ਤੇ ਡੂੰਘਾਈ ਨਾਲ ਜਾਂਚ ਕਰਕੇ ਇਹਦਾ ਨਤੀਜਾ ਕੱਢਿਆ ਜਾਊਗਾ। ਕਿਹੜੇ ਕਿਹੜੇ ਆਰੋਪਾਂ ਦੇ ਵਿੱਚ ਇਹ ਫਰਾਰ ਹੈ ਜੀ ਗੈਂਗਸਟਰ ਸਿੰਮਾ? ਇਹ ਵੱਖ ਵੱਖ ਆ ਜੀ, ਹੁਣ ਡਿਟੇਲ ਦਾ ਅਜੇ ਅਸੀਂ ਉਹ ਪਤਾ ਕਰ ਰਹੇ ਹਾਂ, ਡਿਟੇਲਾਂ ਅਜੇ ਪਤਾ ਨੀਗਾ। ਉਹਨਾਂ ਦੇ ਪਿਤਾ ਦੇ ਨਾਲ ਤੁਸੀਂ ਸੰਪਰਕ ਕਰਿਆ ਕਿ ਇਹ ਗੱਲ ਹੈ ਕਿ ਤੁਹਾਡੇ ਤੁਹਾਨੂੰ ਬਣਾਉਣਾ ਚਾਹੁੰਦਾ ਜੀ ਤੁਹਾਡਾ ਬੇਟਾ ਸਰਪੰਚ? ਨਹੀਂ, ਉਹ ਕਰ ਰਹੇ ਆ ਜੀ, ਸਾਡੇ DSP ਜਤੋਂ ਕਰ ਰਹੇ ਇਸੇ ਕਰਕੇ ਜੀ। ਤੇ ਫਿਰ ਹੁਣ ਕੋਈ ਸਰਪੰਚ ਦੇ ਪੰਚੀ ਦੇ ਲਈ ਕੋਈ ਨਾਮਜ਼ਦਗੀ ਨਹੀਂ ਭਰੀ ਜਾਊਗੀ ਅੱਗੇ ਵੀ? ਭਰੀ ਜਾਊਗਾ, ਡਿਸੀਜਨ DC ਸਾਹਿਬ ਆਫਿਸ ਤੋਂ ਲਿਆ ਜਾਊਗਾ, ਉਹਦੇ ਵਿੱਚ ਜਿਹੜਾ ਜਿਹੜਾ ਕੋਈ ਐਪਲੀਕੇਸ਼ਨ ਦਊਗਾ ਉਸ ਹਿਸਾਬ ਨਾਲ ਇਹ ਕੀਤਾ ਜਾਊਗਾ। ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਬਲਜੀਤ ਸਿੰਘ ਜੀ। ਥੈਂਕ ਯੂ।